ਅੱਜ ਬਹੁਤ ਚੜ੍ਹਦੀ ਕਲਾ ਵਾਲਾ ਦਿਨ ਹੈ। ਔਰ ਉਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ, ਉਹ ਗੁਰੂ ਕਲਗੀਧਰ ਦਾ ਮਨੋਰਥ, ਜਿਹੜਾ ਜਿਹਦੇ ਵਾਸਤੇ ਕਹਿੰਦੇ ਹਮੇ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਿਹੜਾ ਵੱਡਾ ਕਾਰਜ ਇੱਕ ਪੂਰਨ ਮਨੁੱਖ, ਪੂਰਨ ਖਾਲਸ ਇਨਸਾਨ, ਸ਼ੁੱਧ ਜਿਹੜਾ, ਵੈਸੇ ਤਾਂ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੇ ਪੀਰ ਪੈਗੰਬਰ ਮਹਾਂਪੁਰਖ ਮਹਾਰਾਜ ਦੇ ਭੇਜੇ ਪਿਆਰੇ ਆਉਂਦੇ ਆ ਤੇ ਆਪਣੇ ਆਪਣੇ ਢੰਗ ਦੇ ਨਾਲ ਜੋ ਜੋ ਜਿੱਦਾਂ ਜਿੱਦਾਂ ਉਹਨਾਂ ਨੂੰ ਪ੍ਰੇਰਣਾ ਸੀ ਉਹਨਾਂ ਨੇ ਪ੍ਰਚਾਰਿਆ, ਪਿਆਰ ਕੀਤਾ ਪਰਮੇਸ਼ਰ ਦੇ ਨਾਲ, ਸਭ ਸਤਿਕਾਰਯੋਗ ਹਨ। ਤੇ ਮਹਾਰਾਜ ਦੇ ਬਚਨਾਂ ਅਨੁਸਾਰ ਪਾਤਸ਼ਾਹ ਦੇ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੇ ਅਨੁਸਾਰ ਕਿ ਮੈਨੂੰ ਖਾਸ ਤੌਰ ਤੇ ਪਰਮੇਸ਼ਰ ਨੇ ਬੁਲਾ ਕੇ ਡਿਊਟੀ ਲਾਈ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ, ਕਿ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਗੁਰੂ ਗੋਬਿੰਦ ਸਿੰਘ ਭੇਜ ਰਿਹਾ ਹਾਂ ਤੇ ਤੂੰ ਦਾਸਾ ਭਾਵ ਬਣਾ ਕੇ, ਤੇ ਉਹ ਪੂਰਨ ਮਨੁੱਖ, ਉਹ ਇੱਕ ਮਿਸਾਲ ਜਿਹੜੀ ਕਾਇਮ ਕਰ, ਜਿਹੜੀ ਇੱਕ ਇਨਸਾਨ ਰੱਬ ਦਾ ਬੰਦਾ ਹੋਣ ਦੀ ਮਿਸਾਲ, ਇੱਕ ਆ 84 ਲੱਖ ਜੂਨ ਦਾ ਸਰਦਾਰ ਹੋਣ ਦੀ ਜਿਹੜੀ ਮਿਸਾਲ, ਮਨੁੱਖਾ ਜਨਮ ਜਿਹੜਾ ਹੈ ਕਿ ਉਹਦੇ ਵਿੱਚ ਜਿਹੜਾ ਮਨੁੱਖ ਹੈ, ਇਨਸਾਨ ਹੈ, ਜਿਹੜਾ ਰੱਬ ਦਾ ਪਿਆਰਾ ਹੈ, ਉਹ ਕਿਹੋ ਜਿਹਾ ਹੈ, ਉਹ ਪੂਰਾ ਸਾਜ ਕੇ, ਉਹ ਹੁਣ ਕਿਉਂਕਿ ਉਹ ਮਿਸ਼ਨ ਚੱਲ ਰਿਹਾ ਹੈ, ਕਹਿੰਦੇ ਪਹਿਲਾਂ ਤੋਂ ਚੱਲ ਰਿਹਾ, ਗੁਰੂ ਨਾਨਕ ਸਾਹਿਬ ਉਹ ਸਾਰੀ ਚੀਜ਼, 239 ਸਾਲ ਦਾ ਸਮਾਂ ਸਿੱਖੀ ਦੀ ਨੀਂਹ, ਤੇ ਫਿਰ ਉਹ ਜਿਹੜਾ ਆ ਸਿੱਖੀ ਦਾ ਕਲਸ, ਜਿਹੜਾ ਖਾਲਸਾ ਪੂਰਨ ਮਹਿਲ ਜਿਹੜਾ ਤਿਆਰ ਹੋਇਆ, ਅੱਜ ਉਹ ਦਿਨ ਹੈ ਖਾਲਸਾ ਸਾਜਨਾ ਦਿਵਸ। ਖਾਲਸਾ ਹੈ ਕੀ ਹੈ? ਖਾਲਸਾ ਜਾਗਤ ਜੋਤ ਜਪੈ ਨਿਸ ਬਾਸੁਰ। ਪਹਿਲੀ ਗੱਲ ਇੱਥੋਂ ਜਪਣ ਤੋਂ ਗੱਲ ਸ਼ੁਰੂ ਕੀਤੀ ਹੈ ਮਹਾਰਾਜ ਨੇ ਜਦੋਂ ਖਾਲਸੇ ਦੀ ਗੱਲ ਕੀਤੀ। ਕਹਿੰਦੇ ਉਹ ਜਪਣ ਵਾਲਾ ਹੈ ਕਿਹਨੂੰ? ਅਕਾਲ ਪੁਰਖ ਨੂੰ। ਅਕਾਲ ਪੁਰਖ ਨੂੰ ਆਪਾਂ ਨਾਲ ਨਾਲ ਸਫ਼ਰ ਕਰਨਾ ਹੈ ਅੰਦਰੋਂ। ਅਕਾਲ ਮੂਰਤ ਹਿਰਦੈ ਚਾਹੇ ਦਾ, ਉਹ ਦਿਨ ਰਹਿਣ ਜਪਨ ਥਾ, ਦਿਨ ਰਹਿਣ ਜਪਨ ਥਾ, ਉਹ ਦਿਨ ਰਹਿਣ ਜਪ
ਜਾਗਤ ਜੋਤ ਜਪੈ ਨਿਸਬਾਸ ਏਕ ਬਿਨਾ ਮਨ ਨੈਕ ਨਯਾਨੈ ਸਤਿਗੁਰੂ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਸਾਜਿਆ ਹੋਇਆ ਬਹੁਤ ਬਖਸ਼ਾਂ ਨਾਲ ਨਵਾਜਿਆ ਹੋਇਆ ਖਾਲਸਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਉਹਨੇ ਮੌਜ ਦੇ ਵਿੱਚ ਇਹਨੂੰ ਸਾਜਿਆ ਤੇ ਉਹ ਹੈ ਕਿੱਦਾਂ ਦਾ ਬਹੁਤ ਇੱਕ ਸੁਰ ਹੋਇਆ ਹੋਇਆ ਜਿੱਦਾਂ ਕਹਿ ਲਓ ਨਾ ਆਹ ਵਾਜਾ ਸੁਰ ਦੇ ਵਿੱਚ ਵੱਜ ਰਿਹਾ ਹੈ ਤਬਲਾ ਆ ਸਾਜ ਆ ਸਾਰਾ ਕੁਛ ਫਿਰ ਇਹਦੇ ਨਾਲ ਮਿਲ ਕੇ ਆ ਗਲੇ ਆ ਹੋਰ ਬਹੁਤ ਵੱਡੀ ਬਖਸ਼ਿਸ਼ ਨਾਲ ਆ ਬਾਣੀ ਤੇ ਫਿਰ ਇਹ ਸਾਰਾ ਕੁਛ ਰਲ ਕੇ ਕੀ ਬਣਿਆ ਆ ਸੰਗਤ ਆ ਦਰਬਾਰ ਕੀ ਬਣ ਗਿਆ ਕੀਰਤਨ ਗੁਰੂ ਕਾ ਕੀਰਤਨ ਗੁਰੂ ਕਾ ਖਾਸ ਰੂਪ ਕੀਰਤਨ ਵਾਹਿਗੁਰੂ
ਜਿੱਦਾਂ ਗੁਰੂ ਕੀ ਰਹਿਣੀ ਬਹਿਣੀ ਵਿੱਚ ਜਿਹੜਾ ਜੀਵਨ ਸੁਰ ਹੋਇਆ ਹੈ ਨਾ, ਗੁਰੂ ਦੇ ਨਾਲ ਮਿਲਿਆ ਹੋਇਆ ਜਿਹੜਾ ਗੁਰੂ ਦੇ ਭਾਣੇ ਵਿੱਚ ਹੈ, ਗੁਰੂ ਦੇ ਹੁਕਮ ਵਿੱਚ ਜਿਹੜਾ ਜੀਵਨ ਹੈ, ਉਸ ਜੀਵਨ ਦੇ ਵਿੱਚ ਇੱਕ ਕੀਰਤਨ ਸਹਿਜੇ ਹੁੰਦਾ, ਉਸ ਜੀਵਨ ਦੇ ਵਿੱਚ ਇਹ ਧੁਨ, ਇਹ ਖੁਸ਼ੀ, ਉਹ ਲਹਿਰ ਹੁਲਾਰੇ, ਅੰਦਰ ਬਰਕਤਾਂ, ਉਹ ਬਰਕਤਾਂ ਉਮਾ ਉਮਾ ਉੱਛਲ ਉੱਛਲ ਕੇ ਉਹਦੇ ਅੰਦਰ, ਜਿਹੜੇ ਗੁਰੂ ਕੇ ਭਾਣੇ ਵਿੱਚ ਰਹਿੰਦੇ ਗੁਰੂ ਕੇ ਸਿੱਖ, ਗੁਰੂ ਦੇ ਹੁਕਮ ਵਿੱਚ ਚੱਲਦੇ, ਅੰਮ੍ਰਿਤ ਵੇਲੇ ਉੱਠਣ ਵਾਲੇ, ਗੁਰੂ ਘਰ ਆਣ ਕੇ ਸੇਵਾ ਕਰਨ ਵਾਲੇ। ਦਾਸ ਜਦੋਂ ਇੱਥੇ ਐਂਟਰ ਹੋਏ ਹੈ ਨਾ, ਤੇ ਭਾਈ ਸਾਹਿਬ ਇੱਕ ਬਚਨ ਕਰ ਰਹੇ ਸੀ, ਮਨ ਬੜਾ ਹੋਰ ਤਰ੍ਹਾਂ ਹੋ ਗਿਆ ਅੰਦਰ ਆ ਕੇ। ਉਹ ਕਿਸੇ ਕੋਈ ਇਹੋ ਜਿਹੀ ਬਾਤ ਸੁਣਾ ਰਹੇ ਸੀ, ਦਾਸ ਚਾਹੁੰਦਾ ਤਾਂ ਨਹੀਂ ਮੈਂ ਗੱਲ ਕਰਾਂ ਦੁਬਾਰਾ, ਪਰ ਸਾਡੀ ਬਦਕਿਸਮਤੀ ਹੈ ਕਿ ਸਾਡਾ ਉਹ ਚੀਜ਼ ਰਹੀ ਨਹੀਂ ਹੈ, ਕਹਿਣਾ ਪਏਗਾ। ਜਿਹੜੇ ਸਾਡੇ ਵਰਗੇ ਕਹਿਣ ਨੂੰ ਪ੍ਰਚਾਰਕ ਨੇ ਜਾਂ ਜਿੱਦਾਂ ਮਰਜ਼ੀ, ਅਸੀਂ ਵੀ ਉਸ ਗੱਲ ਨੂੰ ਨਹੀਂ ਸਮਝਿਆ। ਅਸੀਂ ਸਮਝਾਉਣਾ ਤਾਂ ਕੀ ਸੀ, ਅਸੀਂ ਆਪ ਹੀ ਨਹੀਂ ਸਮਝੇ। ਅਸਲ 'ਚ ਇਹ ਸਮਝਾਉਣ ਦਾ ਨਹੀਂ, ਇਹ ਤਾਂ ਆਪ ਕਮਾਉਣ ਦੀ ਗੱਲ ਹੈ, ਆਪ ਕਮਾਉਣ ਦੀ, ਆਪਾਂ ਮਰਨ ਦੀ ਗੱਲ ਹੈ। ਤੇ ਸੱਚੀ ਜਿੰਨਿਆਂ ਨੇ ਵੀ ਆਪਾਂ ਮਾਰਿਆ ਹੈ ਨਾ, ਜਿੰਨਿਆਂ ਨੇ ਵੀ ਆਪਾਂ ਨਿਸ਼ਾਵਰ ਕੀਤਾ ਹੈ ਨਾ, ਪਰਮੇਸ਼ਰ ਨਾਲ ਪਿਆਰ ਕੀਤਾ, ਗੁਰੂ ਦੇ ਭਾਣੇ ਵਿੱਚ ਰਹੇ, ਸੱਚੀ ਗੱਲ ਹੈ ਕਿ ਉਹ ਜਿਹੜੇ ਜੀਵਨ ਬੜੇ, ਉਹਨਾਂ ਨੇ ਜੀਵਨ ਐਟੋਮੈਟਿਕ ਬਣਾ ਤੇ। ਉਹਨਾਂ ਨੇ ਕੋਈ ਬੋਲੇ ਨਹੀਂ ਮੂੰਹ ਤੋਂ, ਕੋਈ ਇਸ਼ਤਿਹਾਰ ਲਾਉਣ ਨਹੀਂ ਗਏ। ਹੁਣੇ ਗੱਲਾਂ ਸੁਣਾਉਂਦੇ ਸੀ, ਉਹ ਤਾਂ ਰਹਿੰਦੇ ਸੀ ਕਾਠੀਆਂ ਦੇ, ਘੋੜਿਆਂ ਦੀਆਂ ਕਾਠੀਆਂ ਤੇ, ਜੰਗਲਾਂ ਦੇ ਵਿੱਚ ਰਹਿਣਾ। ਤੇ ਭਾਈ ਸਾਹਿਬ ਜਦੋਂ ਹੁਣ ਸੁਣਾ ਰਹੇ ਸੀ ਹੈ ਨਾ, ਕਿ ਕੋਈ ਕਿਸੇ ਦੀ ਗੱਲ ਸੁਣਾ ਰਹੇ ਸੀ, ਕਿਸੇ ਦੇ ਪਰਿਵਾਰ ਦੀ ਹੈ ਨੇ, ਬੜੀਆਂ ਕਮੀਆਂ ਨੇ, ਬਹੁਤ ਘਾਟਾਂ ਨੇ, ਬਹੁਤ ਕੁਛ ਹੈ। ਤੇ ਉਦੋਂ ਫਿਰ ਇੱਥੇ ਬੈਠੇ ਹੀ ਮਹਾਰਾਜ ਨੇ ਆ ਸ਼ਬਦ ਦੀ ਬਖਸ਼ਿਸ਼ ਕਰ ਦਿੱਤੀ ਕਿ ਵਾਕਿਆ ਇਹ ਮਾਰਗ ਹੈਗਾ ਖੰਡੇ ਤਾਰ। ਇਹ ਕੋਈ ਬਹੁਤ ਕਵੇ ਕਿ ਮੈਂ ਬੜੀਆਂ ਗੱਲਾਂ ਕਰ ਲੈਂਦਾ, ਮੇਰੇ ਵਰਗਾ ਕਵੇ ਕਿ ਮੈਂ ਬਹੁਤ ਕੀਰਤਨ ਕਰ ਲੈਂਦਾ, ਮੈਂ ਕਹਿੰਦੇ ਨਹੀਂ, ਇਹ ਤੇਰਾ ਇੱਦਾਂ ਨਹੀਂ ਪ੍ਰਵਾਨ। ਬਹੁਤ ਸੋਹਣੇ ਤੂੰ ਬਾਹਰਲੇ ਧਰਮੀ ਕੱਪੜੇ ਪਾਲਾ, ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਰਾਰ। ਉਹ ਰੱਬ ਨਹੀਂ ਤੇਰੇ ਹੱਥ ਆਉਣ ਵਾਲਾ, ਜਿੰਨਾ ਮਰਜ਼ੀ ਪਖੰਡ ਕਰੀ ਜਾ। ਕਥਨ ਸੁਣਾਵਣ ਗੀਤ ਨੀਕੇ ਗਾਵਣ, ਬਹੁਤ ਸੋਹਣੀਆਂ ਸੋਹਣੀਆਂ ਸੁਰਾਂ ਲਾ ਕੇ ਤੂੰ ਭਾਵੇਂ ਗੀਤ ਵੀ ਗਾ, ਬਹੁਤ ਗੱਲਾਂ ਕਥਾ ਵਿਚਾਰਾਂ ਕਰੀ ਜਾ, ਜਥੇਦਾਰ ਬਣ ਜਾ, ਜੋ ਮਰਜ਼ੀ ਬਣ ਜਾ। ਦਾਸ ਉਹ ਗੱਲ ਸੁਣ ਕੇ ਇੱਧਰ ਨੂੰ ਇੱਕਦਮ ਝੁਕਾ ਆ ਗਿਆ ਕਿ ਕਥਨ ਸੁਣਾਵਣ ਗੀਤ ਨੀਕੇ ਗਾਵਣ, ਮਨ ਮੈਂ ਧਰਤੇ ਗਾਰ, ਮਨ ਦੇ ਵਿੱਚ ਤਾਂ ਮੈਲ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਫਿਰ ਅੱਗਿਓਂ ਕਿਹਾ ਅਤ ਸੁੰਦਰ ਬਹੁਤ ਚਤਰ ਸਿਆਣੇ, ਅਤ ਦੇ ਸਰੂਪ ਐਨ ਚੋਪੜੀਆਂ ਚੋਪੜੀਆਂ ਪੱਗਾਂ, ਚੋਪੜੇ ਚੋਪੜੇ ਦਮਾਲੇ ਮਾਰ ਕੇ, ਤੇ ਏਦਾਂ ਕਹਿਣਾ ਨਹੀਂ ਚਾਹੀਦਾ, ਪਰ ਹੈ ਅੱਜ ਕੱਲ ਬਾਲਾ ਦਿਖਾਵਾ ਜ਼ਿਆਦਾ ਹੈ। ਬਹੁਤ ਥੋੜੇ ਹੈ ਜਿਹੜੇ ਬਾਣੇ ਦੇ ਨਾਲ, ਜਿਹਨਾਂ ਕੋਲ ਬਾਣੀ ਹੈ, ਉਹ ਸਾਰੀਆਂ ਬਾਤਾਂ ਨੇ। ਅਤ ਸੁੰਦਰ ਬਹੁਤ ਚਤੁਰ ਸਿਆਣੇ, ਵਿਦਿਆ ਰਸਨਾ ਚਾਰ, ਬੜੀ ਬੜੀ ਬਹਿਸ ਵੀ ਕਰ ਲੈਂਦੇ ਆ, ਬੜੀ ਬੜੀ ਗਿਆਨ ਵੀ ਰੱਖੀ ਫਿਰਦੇ ਆ,
ਪਰ ਮਹਾਰਾਜ ਕਹਿੰਦੇ ਮਾਣ ਮੋਹ ਮੇਰ ਤੇਰ ਬਿਬਰਜਤ, ਇਹ ਤੈਨੂੰ ਇਹ ਬਿਬਰਜਤ ਨੇ ਗੱਲਾਂ, ਇਹਨੂੰ ਛੱਡਣਾ ਪੈਣਾ ਹੈ। ਤੇ ਫਿਰ ਕਹਿੰਦੇ ਇਹ ਮਾਰਗ ਖੰਡੇ ਤਾ, 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 ਇਹ ਮਾਰਗ। ਕਥਨ ਸੁਣਾਵਣ ਗੀਤ ਨੀਕੇ ਗਾਵਨ, ਕਥਨ ਸੁਣਾਵਣ ਗੀਤ ਨੀਕੇ ਗਾਵਨ, ਮਨ ਮੈਂ ਧਰਤੇ ਗਾ, ਮਨ ਮੈਂ ਧਰਤੇ ਗਾ, ਹਾਂ ਮਨ ਮੈਂ ਧਰਤੇ ਗਾ, ਮਨ ਮੈਂ ਧਰਤੇ ਗਾ। ਅਤ ਸੁੰਦਰ ਬਹੁਤ ਚਤੁਰ ਸਿਆਣੇ, ਸੁੰਦਰ ਬਹੁ ਅਤ ਸੁੰਦਰ ਬਹੁ ਚਤੁਰ ਸਿਆਣੇ, ਅਤ ਸੁੰਦਰ ਬਹੁ ਵਿਦਿਆ ਰਸਨਾ ਚਾਰ, ਵਿਦਿਆ ਰਸਨਾ ਚਾਰ, ਸਰ ਏਕ ਬਿਨਾ ਮਨ ਨੈਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਕੋਰ ਮੜੀ ਮਟ ਭੂਲ ਨਾ ਮਨ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਖਚ ਮੈਂ, ਤਬ ਖਾਲਸ ਨਾਹਿ ਨਾ ਖਾਲਸ ਜਾਣੈ, ਇਹ ਮਾਰਗ ਖੰਡੇ ਤਾ, ਇਹ ਮਾਰਗ ਖੰਡੇ ਤਾ, ਇਹ ਮਾਰਗ ਖੰਡੇ ਤਾ, ਇਹ ਮਾਰਗ ਖੰਡੇ ਤਾ, ਸਿੱਖੀ ਬਾਰੀਕ ਹੈ, ਖੰਡੇ ਤਾ ਗਲੀ ਅੱਤ ਪੀੜੀ, ਉਥੇ ਟਿਕੈ ਨਾ 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 ਹੁਣਹਣਾ, ਚੱਲ ਨਾ ਸਕੈ ਉੱਪਰ ਕੀੜੀ, ਇਹ ਮਾਰਗ ਖੰਡੇ ਮਾਰਗ ਖੰਡੇ ਤਾ, ਇਹ ਮਾਰਗ।
ਤਨ ਭਾਈ ਸਾਹਿਬ ਸੱਚੀ ਤਾਂ ਤਨ ਭਾਈ ਸਾਹਿਬ ਸੱਚੀ ਤਾਂ ਤਨ ਭਾਈ ਸਿਲਾ ਅਲੂਣੀ ਚਟਣੀ ਸਿਲਾ ਅਲੂਣੀ ਚਟਣੀ ਸਭਨਾ ਕੀ ਰੇਣੁਕਾ
ਰਾਤੀ ਰੇਣਕਾ ਓਹੋ ਸਪਨਾ ਕੀ ਰੇਣਕਾ ਤੋ ਆਓ ਹਮਾਰੇ ਪਾ ਪਹਿਲਾ ਮਨ ਕਬੂਲ ਹਰ ਹਰ ਕਥਾ ਨਿਰਾਲੀ ਉਹ ਨਿਰਾਲੀ ਕਥਾ ਗੁਰਸਿੱਖ ਗੁਰਸਿੱਖ ਮਾਣਦਾ ਹੈ ਉਹ ਨਿਰਾਲੀ ਕਥਾ ਨੂੰ ਭਗਤ ਜਨ ਸੰਤ ਮਹਾਂਪੁਰਖ ਚਾਹੇ ਗੁਰਸਿੱਖ ਜੋ ਮਰਜ਼ੀ ਕਹਿ ਲਓ ਰੱਬ ਦੇ ਪਿਆਰੇ ਉਸ ਕਥਾ ਨੂੰ ਮਾਣਦੇ ਨੇ ਭਾਣੇ ਦੀ ਕਥਾ ਨੂੰ ਗੁਰੂ ਦੇ ਹੁਕਮ ਵਿੱਚ ਚੱਲਣ ਨੂੰ ਰੱਬ ਦੇ ਭਰੋਸੇ ਵਿੱਚ ਭਰੋਸੇ ਦੇ ਵਿੱਚ ਭਰੋਸੇ ਦੇ ਵਿੱਚ ਕਿ ਹਾਂ ਮੇਰੇ ਗੁਰੂ ਦਾ ਬਚਨ ਹੈ ਇਹ ਬਚਨ ਦੀ ਕਮਾਈ ਕਰਦਿਆਂ ਜੋ ਮਰਜ਼ੀ ਹੋ ਜਾਵੇ ਸਰੀਰ ਜਾਂਦਾ ਜਾਵੇ ਸਭ ਕੁਝ ਜਾਂਦਾ ਜਾਵੇ ਆਹ ਜਿਹੜਾ ਮੇਰੇ ਗੁਰੂ ਦਾ ਬਚਨ ਹੈ ਨਾ ਇਹ ਮੇਰੇ ਨਾਲ ਹੈ ਪੂਰਾ ਬਚਨ ਹੈ ਇੱਦਾਂ ਕਰਕੇ ਪੂਰਾ ਭਰੋਸਾ ਤੇ ਫਿਰ ਮਹਾਰਾਜ ਇਹੋ ਜਿਹੇ ਭਰੋਸੇ ਵਾਲਿਆਂ ਨੂੰ ਬਹੁਤ ਨਿਰਾਲੀਆਂ ਚੀਜ਼ਾਂ ਬਖਸ਼ਦੇ ਉਹਨਾਂ ਨੂੰ ਬਖਸ਼ਦੇ ਨਿਰਾਲੀਆਂ ਚੀਜ਼ਾਂ ਉਹ ਕਹਿੰਦੇ ਨੇ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਖਾਲਸਾ ਉਹ ਮੇਰਿਆ ਬੱਚਿਆ ਗੁਰੂ ਗੋਬਿੰਦ ਸਿੰਘ ਕਹਿ ਰਹੇ ਪਾਤਸ਼ਾਹ ਕਹਿੰਦੇ ਆਹ ਕੰਮ ਕਰਦਾ ਰਹੀ ਜਾਗਦ ਜੋਤ ਜਪੈ ਨਿਸਬਾਸਤ ਨੂੰ ਸੱਚ ਕਹਿ ਰਿਹਾ
ਜੋ ਸਿਮਰੈ ਨਰ ਪ੍ਰੇਮ ਸਿਉ, ਜੋ ਸਿਮਰੈ ਨਰ ਪ੍ਰੇਮ ਸਿਉ। ਜਿਹੜਾ ਵੀ ਮੇਰਾ ਪੁੱਤ ਖਾਲਸਾ ਬੱਚਾ ਮੇਰਾ ਜਿਹੜਾ ਵੀ ਜਪੇਗਾ, ਆ ਭਰੋਸਾ ਦੇ ਰਿਹਾ ਨਾ ਗੁਰੂ ਸਾਹਿਬ, ਭਰੋਸਾ ਦੇ ਰਿਹਾ ਕਿ ਜਪਿਓ, ਇਹ ਜਪਣ ਦੇ ਨਾਲ ਸਾਰਾ ਕੁਛ ਹੋਊਗਾ। ਤੇ ਇਸ ਕਰਕੇ ਗੁਰੂ ਸਾਹਿਬ ਦਾ ਹੁਕਮ ਵੀ ਇਹੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ, ਸਭ ਤੋਂ ਪਹਿਲਾਂ ਕਰੇਗੀ ਹਰਨਾਮ ਧਿਆਵੈ, ਹਰਨਾਮ ਧਿਆਵੈ। ਜੋ ਸਿਮਰੈ ਨਰ ਪ੍ਰੇਮ ਸਿਉ, ਪਹੁੰਚੇ ਦਰਬਾਰਾ, ਪਹੁੰਚੇ ਦਰਬਾਰਾ, ਜਿੱਥੇ ਬਰਕਤਾਂ, ਜਿੱਥੇ ਰਹਿਮਤਾਂ, ਜਿੱਥੇ ਠੰਡ ਹੈ, ਜਿੱਥੇ ਸ਼ਾਂਤੀ ਹੈ, ਜਿੱਥੇ ਬਹੁਤ ਵੱਡਾ ਸੁੱਖ ਹੈ, ਜਿੱਥੇ ਦੁੱਖ ਦਾ ਨਾਂ ਹੀ ਕੋਈ ਨਹੀਂ, ਜਿੱਥੇ ਸੋਗ ਹੈ ਹੀ ਨਹੀਂ, ਜਿੱਥੇ ਮੌਤ ਹੈ ਹੀ ਨਹੀਂ, ਜੀਵਨ ਹੀ ਜੀਵਨ, ਆਨੰਦ ਹੀ ਆਨੰਦ, ਉੱਥੇ ਲੈ ਕੇ ਗਏ ਖਾਲਸੇ ਨੂੰ, ਖਾਲਸਾ ਉੱਥੇ ਹੈ। ਹਉ ਪੂਤ ਤੇਰਾ ਤੂੰ ਬਾਪ ਤੇਰਾ, ਉਹ ਤੋਂ ਹਾਂ ਬਸੇਰਾ।
ਬਾਹਰ ਦੋਹਾਂ ਬਸੇਰਾ ਦੋਹਾਂ ਬਸੇਰਾ ਦੋਹਾਂ ਬਸੇਰਾ ਇਹ ਮਾਰਗ ਬਸੇਰਾ ਹੈ। ਕੁਛ ਵੀ ਗੁਰੂ ਸਾਹਿਬ ਨੇ ਆਪਦੇ ਕੋਲ ਏਦਾਂ ਦਾ ਨਹੀਂ ਰੱਖਿਆ, ਕੁਛ ਵੀ ਨਹੀਂ ਏਦਾਂ ਦਾ ਰੱਖਿਆ ਜੋ ਪਰਮੇਸ਼ਰ ਨੇ ਗੁਰੂ ਨੂੰ ਬਖਸ਼ਿਆ, ਉਹੀ ਖਾਲਸੇ ਨੂੰ ਬਖਸ਼ੇ ਬਖਸ਼ ਕੇ ਮਹਾਰਾਜ ਨੇ ਖਾਲਸੇ ਨੂੰ ਗੁਰੂ ਬਣਾ ਦਿੱਤਾ। ਬੜੀ ਵੱਡੀ ਕਰਾਮਾਤ ਹੈ ਭਾਈ ਸਾਹਿਬ, ਬਹੁਤ ਕਮਾਲ ਹੈ ਸਾਰਾ ਕੁਛ ਸਾਡਾ। ਜੋ ਕੁਛ ਗੁਰੂ ਗੋਬਿੰਦ ਸਿੰਘ ਕੋਲ ਹੈ ਉਹ ਖਾਲਸੇ ਕੋਲ ਹੈ, ਜੋ ਗੁਰੂ ਗੋਬਿੰਦ ਸਿੰਘ ਕੋਲ ਹੈ ਉਹ ਸਾਰਾ ਕੁਛ ਖਾਲਸੇ ਕੋਲ ਹੈ। ਤਾਂ ਹੀ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਉਹ ਖਾਲਸਾ ਮੇਰਾ ਮੁਖ ਹੈ ਅੰਗਾ, ਖਾਲਸੇ ਕਿਹੋ ਸਾ ਸਾ ਸੰਗਾ। ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਆਪ ਜਪਿਆ ਉਹੀ ਜਪਾਇਆ। ਤੇ ਬੜੇ ਹੀ ਬਹੁਤ ਹੀ ਏਦਾਂ ਐਨ ਜਿੱਦਾਂ ਛਾਤੀ ਠੋਕ ਕੇ ਗੱਲ ਕਹੀ ਗੁਰੂ ਸਾਹਿਬ ਨੇ ਕਿ ਜਿਹੜਾ ਇਹ ਖਾਲਸਾ ਹੈ ਨਾ, ਕਹਿੰਦੇ ਸੱਚ ਅੱਜ ਤੱਕਰ ਕਹਿੰਦੇ ਮੈਂ ਸਹੁੰ ਨਹੀਂ ਖਾਧੀ, ਅੱਜ ਤੱਕਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸਹੁੰ ਨਹੀਂ ਖਾਧੀ, ਅੱਜ ਮੈਂ ਸਹੁੰ ਖਾ ਕੇ ਗੱਲ ਕਹਿੰਦਾ। ਇਹ ਸਹੁੰ ਖਾਣਾ, ਸਹੁੰ ਮੈਂ ਕਿਹਦੀ ਖਾਣਾ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ। ਕੀ ਕਹਿੰਦਾ? ਆਤਮ ਰਸ ਜੈ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਵਾਹਿਗੁਰੂ ਵਿੱਚ ਤੇ ਮੇਰੇ ਵਿੱਚ ਤੇ ਆਹ ਜਿਹੜਾ ਖਾਲਸਾ ਹੈ ਇਹਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਰੱਬ, ਗੁਰੂ ਤੇ ਖਾਲਸਾ ਇੱਕੋ ਹੀ ਹੈ। ਆਤਮ ਰਸ ਜੈ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਤੇ ਨਾਲ ਕਹੀ ਜਾਂ ਮੈਂ ਰੰਚਕ ਨਾ ਮਿੱਥਿਆ ਭਾਖੀ। ਮੈਂ ਕਹਿੰਦੇ ਇੱਦਾਂ ਨਹੀਂ ਸੱਚ ਕਹਿੰਦੇ ਪ੍ਰੋ ਲੋਕੋ ਸੰਸਾਰ ਦਿਓ, ਇਹ ਸੁਣ ਲਓ, ਇਹ ਚ ਰਤਾ ਇੱਦਾਂ ਝੂਠ ਦੀ ਗੱਲ ਨਹੀਂ ਹੈ। ਮਿੱਥਿਆ ਕਹਿੰਦੇ ਝੂਠ ਨੂੰ, ਜਾਂ ਮੈਂ ਰੰਚਨਾ ਮਿੱਥਿਆ ਭਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਗੁਰੂ ਨਾਨਕ ਸਾਹਿਬ ਗਵਾਹ ਨੇ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਪਰਮੇਸ਼ਰ ਤੇ ਗੁਰੂ ਨਾਨਕ ਇਸ ਗੱਲ ਦੇ ਗਵਾਹ ਨੇ ਕਿ ਜਿਹੜਾ ਖਾਲਸਾ ਉਸ ਪੂਰਨ ਤੌਰ ਤੇ ਪੂਰਾ ਹੈ, ਪੂਰਾ ਹੈ। ਤੇ ਸੱਚ ਹੈ
ਕਿਤੇ ਇਤਿਹਾਸ ਆਪਾਂ ਪੜ੍ਹ ਲਈਏ, ਜਰਾ ਝਾਤੀ ਮਾਰੀਏ ਕਿ ਵਾਕਿਆ ਕਮਾਲ ਕਰਤੀ ਗੁਰਸਿੱਖਾਂ ਨੇ ਵੀ, ਜਿਹੜੇ ਗੁਰੂ ਕੇ ਖਾਲਸੇ, ਵਾਕਿਆ ਹੀ ਕਮਾਲ ਕਰ ਦਿੱਤੀ। ਜੋ ਜੋ ਬਾਪੂ ਨੇ ਪੂਰਨੇ ਪਾਏ, ਓਦਾਂ ਹੀ ਸਾਰੇ ਓਦਾਂ ਹੀ ਖਿੜ ਖਿੜ ਕੁਰਬਾਨੀਆਂ ਦਿੱਤੀਆਂ ਪਰਿਵਾਰ ਵਾਰੇ। ਹੁਣ ਤੱਕਰ ਵੀ ਜਿਹੜੇ ਇਸ ਮਾਰਗ ਤੇ ਹੈ ਨਾ, ਉਹ ਕੱਲਾ ਤੇ ਕੱਲਾ ਗੁਰੂ ਗੋਬਿੰਦ ਸਿੰਘ ਵੱਲ ਦੇਖਦੇ ਆ। ਆਪਾਂ ਇੱਥੇ ਗਲਤ ਸ਼ੁਰੂ ਕੀਤੀ ਸੀ, ਠੀਕ ਹੈ ਉਹ ਜੋ ਵਰਤ ਰਿਹਾ ਹੈ, ਪਰ ਸਾਡਾ ਜਿਹੜਾ ਟੀਚਾ ਹੈ ਸਤਿਗੁਰ ਆਗੂ ਜਾਣੀਏ, ਸਤਿਗੁਰੂ ਨੂੰ ਆਗੂ ਜਾਣੋ, ਬਾਕੀ ਜਥੇਦਾਰ ਤਾਂ ਜਿੱਦਾਂ ਦੇ ਮਰਜ਼ੀ ਹੋ ਸਕਦੇ ਆ। ਆਗੂ ਜੇ ਜਾਣਨਾ ਤਾਂ ਗੁਰੂ ਨੂੰ, ਪਰਮੇਸ਼ਰ ਨੂੰ, ਉਹਤੇ ਭਰੋਸਾ ਰੱਖ ਕੇ। ਉਹ ਭਰੋਸਾ ਕੀ ਹੈ? ਉਹ ਭਰੋਸਾ ਇਹੀ ਹੈ ਗੁਰੂ ਦੇ ਬਚਨਾਂ ਦੇ ਉੱਤੇ ਚੱਲਣਾ, ਨਾਮ ਜਪਣਾ। ਸਭ ਤੋਂ ਵੱਡੀ ਗੱਲ ਆਹ ਹੀ ਆ। ਜਦੋਂ ਗੱਲ ਫਿਰ ਗੱਲ ਸਿੱਖ ਦੀ ਸ਼ੁਰੂ ਹੁੰਦੀ ਹੈ, ਸਿੱਖ ਦੀ ਗੱਲ ਸਿਮਰਨ ਤੋਂ ਸ਼ੁਰੂ ਹੁੰਦੀ ਹੈ, ਯਾਦ ਤੋਂ ਸ਼ੁਰੂ ਹੁੰਦੀ ਹੈ, ਤੇ ਇਹ ਚੀਜ਼ ਹੈ ਭਰੋਸੇ ਵਾਲੀ, ਇਹ ਪਿਆਰ ਵਾਲੀ। ਬਸ ਇਹਦੇ ਵਿੱਚ ਹੀ ਗਾਂਹ ਦੀਆਂ ਬਰਕਤਾਂ ਪੈਂਦੀਆਂ ਜਾਂਦੀਆਂ ਨੇ, ਇਹਦੇ ਵਿੱਚ ਹੀ ਬਰਕਤਾਂ ਨੇ। ਜਪਣ ਦੇ ਵਿੱਚ ਹੀ, ਬਾਣੀ ਵਿੱਚ ਹੀ ਬਰਕਤ ਹੈ, ਗੁਰੂ ਦੇ ਬਚਨਾਂ ਦੇ ਵਿੱਚ ਚੱਲਣ ਦੇ ਵਿੱਚ ਹੀ ਬਰਕਤ ਹੈ। ਜੇ ਅਸੀਂ ਚਾਹੁੰਦੇ ਹਾਂ ਆਪਣੇ ਜੀਵਨ ਸਫਲ ਇਹ ਹੋ ਜਾਣ, ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਤਰੁੱਠ ਕੇ ਬਖਸ਼ ਕਰਕੇ। ਤੇ ਇੱਕ ਸ਼ਬਦ ਮੇਰਾ ਮਨ ਹੁਣ ਫਿਰ ਕਰਦਾ, ਰਾਤੀ ਵੀ ਪੜਿਆ ਸੀ, ਹੁਣ ਫਿਰ ਪੜ੍ਹਨ ਦਾ ਮਨ ਹੈ। ਮੇਰੇ ਸਤਿਗੁਰਾ ਹਾਂ ਤੁਧ ਵਿਟੋਂ ਕੁਰਬਾਨ, ਮੇਰੇ ਸਤਿਗੁਰਾ ਮਹਿਸੂਸ ਕਰੀਏ ਆਪਾਂ ਸਾਰੇ। ਸੱਚੀ ਬਾਣੀ ਦੇ ਨਾਲ ਨਾ ਆਨੰਦ ਲੈਣਾ ਹੈ ਪੂਰਾ। ਬਾਣੀ ਸਾਨੂੰ ਲੈ ਜਾਂਦੀ ਉਹਨਾਂ ਥਾਵਾਂ ਤੇ ਕਿ ਖਾਲਸਾ ਸਜਿਆ ਹੋਇਆ, ਮਹਾਰਾਜ ਨੇ ਅੰਮ੍ਰਿਤ ਛਕਾ ਕੇ, ਉਹ ਸੋਹਣੇ ਨੀਲੇ ਬਾਣੇ ਪਾ ਕੇ, ਉਹ ਸੋਹਣੀਆਂ ਰੰਗੀਆਂ ਹੋਈਆਂ ਰੂਹਾਂ ਚਿਹਰੇ ਦਗ ਦਗ ਕਰਦੇ ਹੋਏ ਸੰਗਤ ਜੁੜੀ ਹੋਈ ਹੈ, ਤੇ ਉਹ ਖਾਲਸਾ ਮਹਾਰਾਜ ਦੇ ਇਸ ਕੌਤਕ ਨੂੰ ਸਾਰੇ ਨੂੰ ਮਾਣ ਕੇ, ਦੇਖ ਕੇ, ਜਾਣ ਕੇ, ਤੇ ਏਦਾਂ ਗੁਰੂ ਗੋਬਿੰਦ ਸਿੰਘ ਵਿੱਚ ਬੈਠੇ ਨੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਅੱਜ ਸਾਡੇ ਵਿੱਚ ਨੇ ਏਦਾਂ, ਤੇ ਸਾਰਾ ਹੀ ਖਾਲਸਾ ਇਹ ਗੱਲ ਕਹਿ ਰਿਹਾ ਹੈ ਮਹਾਰਾਜ ਦੇ ਕੌਤਕਾਂ ਨੂੰ ਦੇਖ ਕੇ। ਮੇਰੇ ਸਤਿਗੁਰਾ
ਦਰਸ਼ਨ ਕੋ ਬਲਹਾਰ ਤੇਰੇ ਦਰਸ਼ਨ ਕੋ ਬਲਹਾਰ ਝਲਕ ਆਪਾਂ ਲਈ ਹੈ ਉਸ ਦਰਬਾਰ ਦੀ, ਜਿਸ ਦਰਬਾਰ ਵਿੱਚ ਏਦਾਂ ਅਮਰ ਸੰਚਾਰ ਹੋ ਕੇ ਖਾਲਸਾ ਸਜਿਆ ਬੈਠਾ ਹੈ, ਗੁਰੂ ਗੋਬਿੰਦ ਸਿੰਘ ਬੈਠੇ ਨੇ, ਤੇ ਉੱਥੋਂ ਇਹ ਆਵਾਜ਼ ਏਦਾਂ ਹਿਰਦਿਆਂ ਵਿੱਚੋਂ ਨਿਕਲ ਕੇ ਲਾਟਾਂ ਆਉਣ ਡੀਆਂ ਨੇ ਕਿ ਮੇਰੇ ਸਤਿਗੁਰਾ ਹੁਣ ਤੁਧ ਵਿੱਚੋਂ ਕੁਰਬਾਨ, ਤੇਰੇ ਦਰਸ਼ਨ ਕੋ ਬਲਹਾਰ ਨੇ, ਤੁਸ ਦਿੱਤਾ ਤੂੰ ਤਰੁੱਠ ਕੇ ਸਾਨੂੰ ਇਹ ਅੰਮ੍ਰਿਤ ਨਾਮ ਦੀ ਦਾਤ ਬਖਸ਼ੀ। ਹੁਣ ਇੱਕ ਸੀਨ ਅੱਗੇ ਦੇਖੋ, ਖਾਲਸਾ ਜੰਗ ਦੇ ਮੈਦਾਨ ਦੇ ਵਿੱਚ ਹੈ, ਸੇਵਾ ਵਿੱਚ ਹੈ, ਕਿਤੇ ਜਲ ਛਕਾ ਰਿਹਾ ਹੈ, ਕਿਤੇ ਲੰਗਰ ਲਾ ਰਿਹਾ ਹੈ, ਕਿਤੇ ਦੇਗਾਂ ਚੱਲ ਰਹੀਆਂ ਨੇ, ਕਿਤੇ ਤੇਗਾਂ ਚੱਲ ਰਹੀਆਂ ਨੇ, ਕਿਤੇ ਦੇਗਾਂ ਚਲਾਉਂਦਿਆਂ ਕਿੱਦਾਂ ਪਾਣੀ ਢੋਂਦਿਆਂ, ਰਸਦਾਂ ਢੋਂਦਿਆਂ, ਚੱਕੀਆਂ ਪੀਂਦਿਆਂ, ਕਿੱਦਾਂ ਉਹ ਆਪਾਂ ਆਪ ਕਿੱਦਾਂ ਘੋਲ ਕਮਾਈ ਕਰ ਰਿਹਾ, ਸਭ ਪਿਆਰ ਵਿੱਚ ਹੋ ਰਿਹਾ ਨਾ। ਖਾਲਸਾ ਹੈ ਹੀ ਇੱਦਾਂ ਦਾ, ਬਹੁਤ ਪਿਆਰ ਹੈ ਇਹਦੇ ਅੰਦਰ। ਤੇ ਜਦੋਂ ਕੋਈ ਸਮਾਂ ਬਣ ਜਾਂਦਾ ਹੈ ਕੋਈ ਉਦਾਂ ਦੀ ਗੱਲ, ਤਾਂ ਉਦੋਂ ਵੀ ਆਪਦੇ ਫਰਜ਼ਾਂ ਦੀ ਪੂਰਤੀ ਲਈ ਆਹ ਜਿਹੜਾ ਉਹਨੂੰ ਗਹਿਣਾ ਬਖਸ਼ਿਆ ਹੈ ਨਾ, ਇਹਨੂੰ ਲੈ ਕੇ ਅੱਗੇ ਹੁੰਦਾ ਹੈ। ਤੇ ਉਹ ਮੈਦਾਨ ਦੇ ਵਿੱਚ ਆਪਾਂ ਹੁਣ ਇੱਕ ਉਹ ਸੀਨ ਵੀ ਦੇਖਣਾ ਹੈ, ਉਸ ਉਹਨਾਂ ਨੂੰ ਸੇਵਾ ਕਰਦਿਆਂ ਤੱਕਣਾ ਹੈ, ਤੇ ਉਹਨਾਂ ਨੂੰ ਸ਼ਹੀਦੀਆਂ ਪਾਉਂਦਿਆਂ ਤੱਕਣਾ ਹੈ, ਗੁਰੂ ਦੇ ਭਾਣੇ ਵਿੱਚ ਰਹਿ ਕੇ, ਗੁਰੂ ਦੇ ਪ੍ਰੇਮ ਵਿੱਚ ਰਹਿ ਕੇ। ਉਹ ਖਾਲਸਾ ਹੁਣ ਫੱਟੜ ਹੋਇਆ ਸਰੀਰਕ ਤੌਰ ਤੇ, ਜਿੱਦਾਂ ਸਵਾਸ ਹੁਣ ਬਹੁਤ ਥੋੜੇ ਨੇ, ਤੇ ਪਰ ਅੰਦਰੋਂ ਇੰਨੀ ਖੁਸ਼ੀ ਹੈ ਕਿ ਗੁਰੂ ਸਾਹਿਬ ਤੇਰੇ ਕਰਕੇ, ਤੇਰੇ ਦਰਸ਼ਨਾਂ ਕਰਕੇ ਮੈਂ ਇੱਥੋਂ ਤੱਕ ਮੇਰੀ ਪੁੱਗ ਗਈ, ਤੇਰੇ ਵੱਲ ਤੱਕ ਤੱਕ ਕੇ ਤੂੰ ਆਪ ਕਿਰਪਾ ਕਰਕੇ ਮੈਨੂੰ ਇੱਥੋਂ ਤੱਕ ਲਿਆ ਕੇ ਆਹ ਬਚਨ ਜਿਹੜੇ ਕਮਾਉਣ ਦੇ ਜਿਹੜੇ ਤੂੰ ਮੈਨੂੰ ਕਹੇ ਸੀ, ਉਹ ਬਚਨਾਂ ਦੀ ਕਮਾਈ ਤੂੰ ਕਰਵਾ ਦਿੱਤੀ, ਉਹ ਪੁੱਗ ਗਈ ਮੇਰੀ। ਹੁਣ ਜਦੋਂ ਇੱਦਾਂ ਪੁੱਗਦੀ ਪਈ ਹੈ ਤੇ ਸਵਾਸ ਇੱਧਰੋਂ ਸਰੀਰ ਛੱਡ ਰਹੇ ਨੇ, ਤੇ ਉੱਥੇ ਵੀ ਇਹ ਗੱਲ ਮੇਰਾ ਮਨ ਕਹਿੰਦਾ ਹੈ ਪੂਰਨ ਤੌਰ ਤੇ, ਇਹ ਗੱਲ ਯਕੀਨ ਨਾਲ ਗੁਰੂ ਗੋਬਿੰਦ ਸਿੰਘ ਤੇ ਪਾਤਸ਼ਾਹ ਤੇ ਮਾਣ ਕਰਕੇ ਗੱਲ ਕਹਿੰਦਾ, ਤੇ ਉਦੋਂ ਵੀ ਖਾਲਸਾ ਅੰਦਰੋਂ ਬਹੁਤ ਏਦਾਂ ਹੀ ਜਿੱਦਾਂ ਦਰਬਾਰ ਚ ਬੈਠਾ ਹੈ, ਏਦਾਂ ਹੀ ਉਹ ਦਰਬਾਰ ਵਾਲੀ ਖੁਸ਼ੀ ਪੂਰਨ ਤੌਰ ਤੇ, ਕੋਈ ਨਿਰਾਸ਼ਾ ਨੀ, ਕੋਈ ਏਦਾਂ ਝੋਰਾ ਨੀ, ਇੱਕ ਸਰੀਰ ਆ ਨਹੀਂ, ਉਹ ਗੱਲਾਂ ਤੋਂ ਬਹੁਤ ਪਰੇ ਆ, ਕਿਉਂਕਿ ਉਹ ਪੁੱਤ ਹੈ ਨਾ ਅਕਾਲ ਪੁਰਖ ਦਾ ਹੈ ਖਾਲਸਾ, ਤੇ ਜੇ ਰੱਬ ਸਦਾ ਹੈ ਤਾਂ ਖਾਲਸਾ ਸਦਾ ਹੈ, ਇਹ ਮਰਨਾ ਨਹੀਂ ਹੈ, ਇਹ ਨਹੀਂ ਮਰਨਾ, ਸੱਚ ਕਦੇ ਨਹੀਂ ਮਰਦਾ, ਝੂਠ ਬਾਰ ਬਾਰ ਮਰਦਾ, ਝੂਠ ਬਾਰ ਬਾਰ ਮਰਦਾ, ਉਹਦਾ ਜੀਵਨ ਹੀ ਕੋਈ ਨਹੀਂ ਹੁੰਦਾ, ਤੇ ਸੱਚ ਕਦੇ ਨਹੀਂ ਮਰਦਾ। ਖਾਲਸਾ ਸੱਚ ਹੈ, ਸੱਚ ਦਾ ਨਾਂ ਖਾਲਸਾ ਹੈ,
ਤੇ ਉਹ ਜਦੋਂ ਏਦਾਂ ਪੁੱਗਦੀ ਪਈ ਨਾ, ਇਹ ਪੈਰ ਪੈਰ ਤੇ ਏਦਾਂ ਮਹਾਰਾਜ ਪਰਚੇ ਆ, ਮੈਂ ਪੈਰ ਪੈਰ ਤੇ ਮਹਾਰਾਜ ਨਾਲ ਨਾਲ ਹੋ ਕੇ ਗੁਰਸਿੱਖਾਂ ਦੇ ਬਹੁਤ ਕੁਛ ਵਰਤਾਉਂਦੇ ਤੇ ਗੁਰਸਿੱਖ ਨਾਲ ਨਾਲ ਦਰਸ਼ਨ ਕਰਦੇ ਹੋਏ ਉਹਨਾਂ ਬਾਜੀਆਂ ਨੂੰ ਜਿੱਤਦੇ ਜਾਂਦੇ ਤੇ ਨਾਲ ਗਾਈ ਜਾਂਦੇ, ਉਹ ਮੇਰੇ ਸਤਿਗੁਰਾ ਮਰਦਾ ਬੋੜ ਜਿਵਾਇਆ ਨਾ
ਮੇਰੀ ਜਿੰਦੜੀਏ ਵੱਡ ਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਮੇਰੀ ਜਿੰਦੜੀਏ ਗੁਰਪੂਰੇ ਗਤ ਮਿਤ ਪਾਇਆ ਰਾਮ ਗੁਰਪੂਰੇ ਗਤ ਮਿਤ ਪਾਇਆ ਰਾਮ ਗੁਰਪੂਰੇ ਗਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਓ ਗੁਰ ਅੰਮ੍ਰਿਤ ਹਰ ਮੁਖ ਚੋਇਆ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿਉ ਅੰਮ੍ਰਿਤ ਦੀ ਦਾਤ ਦੇ ਕੇ ਕਿਆ ਖਾਲਸਾ ਤੈਨੂੰ ਸਿੱਧਾ ਤੂੰ ਉਹਦਾ ਹੋ ਗਿਆ ਉਹਦਾ ਕਿਹਦਾ ਜਿਹਦਾ ਸਾਰਾ ਕੁਛ ਹੈ ਖੰਡ ਬ੍ਰਹਿਮੰਡ ਜਿਹਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਤੂੰ ਉਹਦਾ ਤੇ ਉਹਨੂੰ ਅਰਾਧਿਆ ਕਰ ਤੇ ਫਿਰ ਕਹਿੰਦੇ ਉਹਨੂੰ ਅਰਾਧੇਗਾ ਆ ਤੈਨੂੰ ਮੈਂ ਰਾਹ ਸੌਖਾ ਦਿੰਦਾ ਉਹਨੂੰ ਰਾਧਾ ਰਾਧਾ ਤੂੰ ਉਹ ਹੀ ਹੋ ਜਾਏਗਾ ਤੂੰ ਉਹਦਾ ਹੀ ਰੂਪ ਹੋ ਜਾਏਗਾ ਆਹੀ ਗੁਰਸਿੱਖੀ ਹੈ ਨਾ ਇਹੀ ਗੁਰਸਿੱਖੀ ਹੈ ਬਾਣੀ ਸਾਨੂੰ ਕੀ ਕਰਦੀ ਹੈ ਗੁਰੂ ਸਾਹਿਬ ਸਾਨੂੰ ਕੀ ਕਰਦੇ ਨੇ ਗੁਰੂ ਸਾਹਿਬ ਸਾਨੂੰ ਇਕੱਲਾ ਉਪਦੇਸ਼ ਨਹੀਂ ਕਰਦੇ ਨਾਲ ਹੋ ਜਾਂਦੇ ਨਾਲ ਨਾਲ ਹੋ ਕੇ ਬਾਣੀ ਇੰਨਾ ਪ੍ਰੇਮ ਬਖਸ਼ਦੀ ਇੰਨਾ ਪ੍ਰੇਮ ਬਖਸ਼ਦੀ ਮਨ ਜਿਹੜਾ ਹੈ ਏਦਾਂ ਥੱਲੇ ਨੂੰ ਏਦਾਂ 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 ਥੱਲੇ ਨੂੰ ਮਨ ਨੀਵਾਂ ਐ ਨੀਵਾਂ ਨਿਮਰਤਾ ਨਿਮਰਤਾ ਫਿਰ ਥੱਲੇ ਐਨ ਆ ਮਾਤਾ ਦੀ ਗੋਦ ਵਿੱਚ ਲੈ ਜਾਂਦੇ ਮਾਤਾ ਧਰਤ ਮਹੱਤ ਜ਼ਮੀਨ ਦੇ ਨਾਲ ਇੰਨੀ ਨਿਮਰਤਾ ਗੁਰਸਿੱਖ ਦੇ ਵਿੱਚ ਬਹੁਤ ਕੁਛ ਹੈ ਬਾਣੀ ਬਹੁਤ ਖਜ਼ਾਨਾ ਹੈ ਬੜੀਆਂ ਥਾਵਾਂ ਤੇ ਕਿਹਾ ਹੈ ਗੁਰਸਿੱਖੀ ਦੀ ਇਹ ਨਿਸ਼ਾਨੀ ਕੀ ਨਿਸ਼ਾਨੀ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਪਾਣੀ ਚੱਲੇ ਨਿਵਾਣ ਨੂੰ ਏਦਾਂ ਹਮੇਸ਼ਾ ਠੰਡਾ ਸ਼ੀਤਲ ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ ਆ ਹੈ ਖਾਲਸਾ ਮਹਾਰਾਜ ਨੂੰ ਜਾਣਨਾ ਮਹਾਰਾਜ ਨੂੰ ਦੇਖਣਾ ਮਹਾਰਾਜ ਦੀ ਸੇਵਾ ਕਰਨੀ ਆ ਹੈ ਖਾਲਸਾ ਸਭ ਕੁਛ ਮਹਾਰਾਜ ਹੀ ਜਾਣਨਾ ਦੂਜਾ ਦੇਖਣਾ ਹੀ ਨਹੀਂ ਆ ਜਿਹੜਾ ਬਾਬੇ ਨੇ ਇੱਕੋ ਇੱਕ ਏਦਾਂ ਐਨ ਉਹ ਹਿਸਾਬ ਦਾ ਖਿੱਚ ਕੇ ਦਿਖਾਇਆ ਨਾ ਮੈਥ ਵਾਲਾ ਇੱਕ ਏਦਾਂ ਏਕਾ ਪਹਿਲਾਂ ਇੱਥੋਂ ਸ਼ੁਰੂ ਹੁੰਦੀ ਹੈ ਨਾ ਗੱਲ ਏਕਾ ਖਿੱਚਿਆ ਏਦਾਂ ਵੱਡਾ ਸਾਰਾ ਕਿ ਆ ਇੱਕ ਇਹਦੇ ਅਰਥ ਦੋ ਨਹੀਂ ਇੱਕ ਦਾ ਮਤਲਬ ਇੱਕ ਇੱਕ ਤੇ ਸਭ ਕੁਛ ਉਸ ਇੱਕ ਵਿੱਚ ਹੀ ਹੈ ਸਭ ਕੁਛ ਹੀ ਤੇ ਖਾਲਸੇ ਨੂੰ ਬਸ ਉਹ ਇੱਕ ਸਮਝਾ ਤਾ ਇੱਕ ਹੀ ਉਹ ਦੇਖਦਾ ਇੱਕ ਦੀ ਸੇਵਾ ਹੀ ਕਰਦਾ ਇੱਕ ਦੇ ਨਾਲ ਹੁਣ ਇਹ ਬੜੀਆਂ ਗੱਲਾਂ ਉੱਠਦੀਆਂ ਨੇ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਸਿਮਰਨ ਵਾਲੇ ਨੇ ਸੇਵਾ ਵਾਲੇ ਨੇ ਨਾ ਜੇ ਕੋਈ ਇੱਕ ਸਵਾਲ ਕਿਤੇ ਕੋਈ ਵੈਸੇ ਤਾਂ ਉੱਠਦਾ ਹੀ ਨਹੀਂ ਜੇ ਕਿਸੇ ਦੇ ਉੱਠ ਵੀ ਜਾਵੇ ਬਾਣੀ ਆਪੇ ਬਰਕਤ ਪਾ ਕੇ ਐਡਾ ਸੋਹਣਾ ਜਵਾਬ ਦਿੰਦੀ ਹੈ ਅੰਦਰੋਂ ਮਨ ਦੇ ਅੰਦਰੋਂ ਆਪੇ ਹੀ ਮਹਾਰਾਜ ਬਹੁਤ ਅੰਦਰੋਂ ਬਹੁਤ ਵਧੀਆ ਢੰਗ ਦੇ ਨਾਲ ਸਮਝਾ ਦਿੰਦੇ ਤੇ ਉਹ ਜਿਹੜਾ ਏਦਾਂ ਦਾ ਬੱਚਾ ਹੈ ਖਾਲਸਾ
ਉਹਦੇ ਕੋਲ ਫਿਰ ਦੂਜੀ ਗੱਲ ਹੀ ਨਹੀਂ ਹੁੰਦੀ। ਉਹ ਆਹੀ ਗੱਲ ਤੇ ਹੈ ਜਿਹੜਾ ਗੁਰ ਅੰਮ੍ਰਿਤ ਹਰ ਮੁਖ ਚੋਇਆ, ਉਹ ਕੀ ਸੀ? ਵਾਹਿਗੁਰੂ 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 ਅੰਦਰ ਇੱਕੋ ਜਾਣੀ। ਉਹ ਤੱਤਾ ਹੋਵੇ ਧੁੱਪ ਵਿੱਚ, ਉਹ ਤੱਤਾ ਹੋਵੇ ਧੁੱਪ ਵਿੱਚ, ਉਹ ਛਾਵੇਂ ਠੰਡਾ ਬਿਰਤੀ ਹਾਣੀ, ਤਪਦਾ ਪਰ ਉਪਕਾਰ ਨੂੰ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ। ਅਗਨ ਬੁਝਾਏ ਤਪਤ ਵਿੱਚ, ਅਗਨ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਜਾਣੀ, ਠੰਡਾ ਹੋਵੇ ਬਿਲਮ ਨਾ ਆਣੀ। ਉਹ ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਨਿਸ਼ਾਨੀ ਇਹ ਮਾਰਗ ਖੰਡੇ ਦਾ। Me
ਸੁਹਾਗੀ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸਹੇ ਹਰ ਚਰਨੀ ਚਿਤ ਲਾਏ ਗੁਰਸਿੱਖੀ ਦਾ ਸਿੱਖਣਾ ਗੁਰਸਿੱਖੀ ਦਾ ਸਿੱਖਣਾ ਨਾਦ ਨਾ ਵੇਦ ਨਾ ਆਖ ਵਖਾਣੈ ਗੁਰਸਿੱਖੀ ਦਾ ਲਿਖਣਾ ਹੋ ਗੁਰਸਿੱਖੀ ਦਾ ਲਿਖਣਾ ਲੱਖ ਨਾ ਚਿੱਤਰ ਗੁਪਤ ਨਾ ਲਿਖ ਜਾਣੈ ਗੁਰਸਿੱਖੀ ਦਾ ਲਿਖਣਾ ਲੱਖ ਨਾ ਚਿੱਤਰ ਗੁਪਤ ਲਿਖ ਜਾਣੈ ਉਹ ਗੁਰਸਿੱਖੀ ਦਾ ਸਿਮਰਣੋ ਗੁਰਸਿੱਖੀ ਦਾ ਸਿਮਰਣੋ ਸ਼ੇਖ ਅਸੰਖ ਨਾ ਰੇਖ ਸੰਜਾਣੇ ਗੁਰਸਿੱਖੀ ਦਾ ਵਰਤਮਾਨ ਗੁਰਸਿੱਖੀ ਦਾ ਵਰਤਮਾਨ 20-21 ਉਲੰਘ ਪਛਾਣੇ ਗੁਰਸਿੱਖੀ ਦਾ ਬੁੱਝਣਾ ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਲਿਖ ਆਣੇ ਗੁਰ ਪ੍ਰਸਾਦੀ ਸਾਧ ਸੰਗ ਸ਼ਬਦ ਸੁਰਤ ਹੋਏ ਮਾਣ ਨਿਮਾਣੇ ਪਾਏ ਭਗਤ ਵਿਰਲਾ ਰੰਗ ਮਾਣੇ ਪਾਏ ਭਗਤ ਵਿਰਲਾ ਰੰਗ ਮਾਣੇ ਉਹ ਵਿਰਲਾ ਰੰਗ ਮਾਣੇ ਵਿਰਲਾ ਵਿਰਲਾ ਰੰਗ ਮਾਣੇ ਮਾਰਗ ਖੰਡੇ Thank you.
ਰੋਗ ਹੋ ਗਏ ਗੁਰ ਪੰਜਾਬੀ ਤਾਂ
ਨਿਰਵੈਰ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਤ ਜੁਗਾ ਸਤ ਹੈ ਵੀ ਸਤ ਨਾਨਕ ਹੋਸੀ ਭਈ ਸਤ ਉਹ ਤਾਪ ਰੋਗ ਤ੍ਰਿਪਵਣ ਮਹੀ ਸੁਰ ਨਰ ਅਸੁਰ ਨੇਤ ਨੇਤ ਮੰਤਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਤਾਪ ਰੋਗ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਸੁਰਾਤਨ ਸ਼ੁੱਧ ਸੁਦਾਤਕ ਸੰਤ ਸਮੂਹ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਤ ਪ੍ਰਾਣ ਪਤੀ ਕੇ ਮਤ ਕੋ ਨਾ ਦੇਖਿਅਤ ਪ੍ਰਾਣ ਪਤੀ ਕੇ ਤਾਪ ਰੋਗ ਹਮਰੇ ਦੁਸ਼ਟ ਸਭੈ ਤੁਮ ਕਾਵੋ ਉਹ ਸੁਖੀ ਬਸੈ ਮੋਰੋ ਪਰਿਵਾਰਾ ਮੋਰ ਅੱਛਾ ਨਿਜ ਕਰ ਲੈ ਕਰਿਆ ਅੰਦਰ ਚਾਹ ਹੋਵੇ ਉਹ ਮੰਗ ਬਣੀ ਰਵੇ ਮਹਾਰਾਜ ਅੱਗੇ ਅਰਦਾਸ ਹੈ ਕਿ ਸਾਨੂੰ ਸੇਵਾ ਦਾ ਚਾਹ ਹੋਵੇ ਕੋਈ ਆਵਾਜ਼ਾ ਪਵੇ ਗੁਰਪੁਰਬ ਹੈ ਸੰਗਤ ਦੌੜੀ ਆਵੇ ਇਹ ਥੋੜੋ ਹਾਲ ਖਾਲੀ ਹੋਣ ਇਹ ਥੋੜੋ ਕਿ ਬਾਹਰ ਪੇੜ ਬੰਦੇ ਲਾ ਕੇ ਆਪਾਂ ਦਿਹਾੜੀ ਤੇ ਝਾੜੂ ਮਰਵਾਈਏ ਇਹ ਥੋੜੋ ਕਿ ਬਾਹਰੋਂ ਬੀਬੀਆਂ ਪੇੜ ਲਿਆ ਕੇ ਸਾਨੂੰ ਆਪ ਚਾਹ ਹੋਵੇ ਸਾਡਾ ਹੈ ਇਹ ਗੁਰੂ ਘਰ ਇਹ ਸਾਰੇ ਥਾਂ ਇੱਥੋਂ ਤਾਂ ਬਰਕਤਾਂ ਲੈ ਕੇ ਜਾਣੀਆਂ ਨੇ ਆ ਜਿਹੜੀਆਂ ਅਮੀਰੀਆਂ ਸਾਡੇ ਕੋਲ ਆਈਆਂ ਨਾ ਆ ਜੋ ਅਸੀਂ ਮਾਣਦੇ ਪਏ ਹਾਂ ਉਹ ਸ਼ਹੀਦਾਂ ਦੀ ਕਮਾਈ ਖਾ ਰਹੇ ਹਾਂ ਇਹ ਉਹਨਾਂ ਦੀਆਂ ਬਰਕਤਾਂ ਨੇ ਤੇ ਇੰਨਾ ਨਾ ਆਪਾਂ ਸੁੱਖਾਂ ਵਿੱਚ ਚੱਲ ਜਾਈਏ ਕਿ ਗਾਂ ਬੱਚਿਆਂ ਵਾਸਤੇ ਕੁਛ ਰਵੇ ਹੀ ਨਾ ਸਾਡੇ ਵਾਸਤੇ ਇਸ ਲਈ ਆਪਣੇ ਹੱਥਾਂ ਦੇ ਨਾਲ ਇੱਥੇ ਆਹ ਥਾਂ ਵਾ ਬਰਕਤਾਂ ਲੈਣ ਵਾਲੀ ਆ ਗੁਰਦੁਆਰਾ ਵਾ ਤੇ ਇੱਥੇ ਆ ਆ ਕੇ ਸਿੱਖ ਨੇ ਗੁਰਦੁਆਰਾ ਬਣ ਜਾਣਾ ਹੈ ਆ ਕੱਲਾ ਕੱਲਾ ਸਿੱਖ ਕੱਲਾ ਕੱਲਾ ਗੁਰਦੁਆਰਾ ਹੈ ਮਹਾਰਾਜ ਨੇ ਇਹੋ ਜਿਹਾ ਬਣਾਇਆ ਤੇ ਤਾਂ ਹੀ ਇੱਦਾਂ ਹੱਥ ਜੁੜ ਜਾਂਦੇ ਜਦੋਂ ਗੁਰੂ ਕਾ ਕੋਈ ਸਿੱਖ ਮਿਲਦਾ ਹੈ ਤੇ ਸਿਰ ਨੀਵਾਂ ਹੋ ਜਾਂਦਾ ਹੈ ਇੱਦਾਂ ਕਰਕੇ ਤੇ ਇੱਕੋ ਹੀ ਗੱਲ ਨਿਕਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐਡਾ ਪਿਆਰਾ ਸਰੂਪ ਬਣਾਇਆ ਮਹਾਰਾਜ ਨੇ ਇੰਨਾ ਗੁਣਾਂ ਦੇ ਨਾਲ ਉਹਨੂੰ ਭਰਿਆ ਹੈ ਇੰਨਾ ਕੁਛ ਹੈ ਖਾਲਸਾ ਐਵੇਂ ਨਹੀਂ ਹੈ ਬਹੁਤ ਵੱਡੀ ਚੀਜ਼ ਹੈ ਸੋ ਇਹ ਚੀਜ਼ਾਂ ਕਾਇਮ ਰਹਿਣ ਗੁਰੂ ਸਾਹਿਬ ਅੱਗੇ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ
ਵੈਸੇ ਤਾਂ ਇਹ 'ਚ ਕੋਈ ਏਦਾਂ ਸ਼ੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਖਾਲਸਾ ਜੇ ਮਹਾਰਾਜ ਨੇ ਕਿਹਾ ਨਾ ਕਾਲ ਪੁਰਖ ਦੀ ਫੌਜ ਹੈ ਅਤੇ ਆਪਣੀ ਡਿਊਟੀ ਕਰਦਾ ਹੀ ਰਹੂਗਾ, ਇਹਨੇ ਕਰਦੇ ਰਹਿਣਾ। ਬਸ ਆਪਾਂ ਤੱਕਣਾ ਹੈ ਕਿ ਜਿਹਨੂੰ ਬਾਪੂ ਕਹਿੰਦੇ ਹਾਂ ਉਹਦੇ ਵਾਲਾ ਕੁਛ ਥੋੜ੍ਹਾ ਜਿਹਾ ਸਾਡੇ ਵਿੱਚ ਹੈ, ਕਿਉਂਕਿ ਪੁੱਤ ਵਿੱਚ ਹੋਣਾ ਚਾਹੀਦਾ, ਪਿਓ ਵਾਲਾ ਕੁਛ ਜ਼ਰੂਰ ਹੋਣਾ ਚਾਹੀਦਾ। ਤਾਂ ਹੀ ਹੈ ਨਾ ਉਹ ਮਹਾਂਪੁਰਖ ਬੜੀ ਇੱਕ ਸਖ਼ਤ ਗੱਲ ਕਹਿੰਦੇ ਹੁੰਦੇ ਸੀ, ਜਿਹੜਾ ਪਿਓ ਨਾਲ ਨਾਂ ਰਲੇ ਨਾ ਤਾਂ ਉਹਨੂੰ ਹੋਰ ਕੁਛ ਨਾਂ ਦਿੰਦੇ। ਸੋ ਜਿੱਡੀ ਮਹਾਰਾਜ ਜਿੰਨਾ ਪਿਆਰ ਕੀਤਾ ਹੈ ਖਲਕਤ ਦੇ ਨਾਲ, ਪਰਮੇਸ਼ਰ ਦੇ ਨਾਲ, ਕਿੰਨੀ ਕੁਰਬਾਨੀ ਕੀਤੀ ਹੈ, ਕਿੰਨੀ ਵੱਡੀ, ਕਿੰਨਾ ਕੁਛ, ਇੱਦਾਂ ਹੀ ਖਾਲਸਾ ਕਰਦਾ ਆ ਰਿਹਾ ਹੈ ਅਤੇ ਇੱਦਾਂ ਕਰਨੀ ਚਾਹੀਦੀ ਹੈ। ਆਪਣਾ ਆਪ ਛੱਡ ਕੇ ਮਹਾਰਾਜ ਨੂੰ ਸਮਰਪਿਤ ਕਰੀਏ ਸਾਰਾ ਕੁਛ, ਖਾਲਸੇ ਨੂੰ ਸਮਰਪਿਤ ਕਰੀਏ ਸਾਰਾ ਕੁਛ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਬਹੁਤ ਪਿਆਰ ਕੀਤਾ ਸਾਡੇ ਵੱਲ ਨੂੰ ਬਾਹਵਾਂ ਕਰਕੇ ਮਹਾਰਾਜ ਨੇ ਕਿਹਾ ਸੀ ਨਾ। ਆਪਾਂ ਬਹੁਤ ਵਾਰੀ ਕਹਿੰਦੇ ਹਾਂ ਪਰ ਇਸ ਚੀਜ਼ ਨੂੰ ਗਹਿਰਾ ਲੈਂਦੇ ਨਹੀਂ, ਉਸ ਪਿਆਰ ਨੂੰ ਮਹਿਸੂਸ ਕਰਦੇ ਨਹੀਂ। ਕਹਿੰਦੇ ਬਹੁਤ ਐਨ ਪੁੱਤਰਨ ਕੇ ਕਾਰਨੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ। ਪਰ ਇਹ ਗਲਤ, ਜਿਹੜਾ ਸੋਚ ਕੇ ਦੇਖੋ, ਆਪਦੇ ਆਪਦੇ ਘਰ ਪਰਿਵਾਰ ਦੇ ਨਾਲ ਲਿਜਾ ਕੇ ਦੇਖੋ, ਆਪਦੇ ਬੱਚੇ ਨੂੰ ਮੂਹਰੇ ਬਿਠਾ ਕੇ ਦੇਖੋ, ਜਰਾ ਆਪਦੇ ਪੁੱਤ ਨੂੰ ਬਿਠਾ ਕੇ ਮੂਹਰੇ ਇਹ ਗੱਲ ਕਹਿ ਕੇ ਦੇਖੋ ਕਿ ਇਹਨੂੰ ਮੈਂ ਵਾਰਨਾ ਹੈ ਕਿਸੇ ਦੇ ਲਈ। ਇਹ ਗੱਲ ਸੋਚ ਕੇ ਵੀ ਦੇਖੋ ਜਰਾ ਕਿ ਆਹ ਮੇਰੇ ਮੂਹਰੇ ਜਿਹੜਾ ਮੇਰਾ ਪੁੱਤ ਬੈਠਾ ਇਹਨੂੰ ਮੈਂ ਧਰਮ ਦੇ ਲੇਖੇ ਲਾਉਣਾ। ਇਹਨੀ ਗੱਲ ਸੋਚ ਕੇ ਦੇਖੋ ਜਰਾ, ਇਹ ਸ਼ਹੀਦੀ ਪਾਵੇ ਧਰਮ ਲਈ, ਇਹ ਸੋਚ ਕੇ ਤਾਂ ਦੇਖੋ ਜਰਾ। ਇਹ ਭੁੱਖਾ ਰਵੇ, ਇਹ ਜੰਗਲਾਂ 'ਚ ਇਹ ਖੂਨ ਖਾਂ ਜਾਨਵਰਾਂ ਦੇ ਵਿੱਚ ਹੋਵੇ, ਇਹ ਸੋਚ ਕੇ ਤਾਂ ਦੇਖੋ। ਮੇਰਾ ਬੱਚਾ ਇਹ ਕਹਿਣਾ ਸੌਖਾ, ਪਰ ਗੁਰੂ ਸਾਹਿਬ ਨੇ ਕੀਤਾ, ਗੁਰਸਿੱਖਾਂ ਨੇ ਕੀਤਾ, ਪੰਥ ਨੂੰ ਵੱਡਾ ਕਰਕੇ ਪਰਿਵਾਰ ਨੂੰ, ਇਸ ਪਰਿਵਾਰ ਲਈ ਬਹੁਤ ਕੁਛ। ਪੰਥ ਵਸੇ ਮੈਂ ਉੱਜਣਾ ਮਨ ਚਾਓ ਘਨੇਰਾ, ਆਹਾ ਗੁਰੂ ਸਾਹਿਬ, ਇਹ ਹੈ ਖਾਲਸਾ। ਬਸ ਇਹ ਭਾਵਨਾ ਜਿਹੜੀ ਹੈ ਇਹੀ ਹੋਰ ਬਣੇ, ਇਹੀ ਵਧੇ, ਬਸ ਇਸੇ ਚੀਜ਼ ਦੀ ਕਮੀ ਹੈ। ਬਾਕੀ ਤਾਂ ਬਹੁਤ ਕੁਛ ਹੈ ਹੁਣ ਆਪਣੇ ਕੋਲ, ਪੈਸੇ ਲੱਤੇ ਦੀ ਕਮੀ ਕੋਈ ਨਹੀਂ ਹੈ, ਬਾਕੀ ਬਹੁਤ ਕੁਛ ਹੈ। ਬਸ ਭਾਵਨਾ ਹੀ ਜਿਹੜੀ ਮਰਦੀ ਜਾ ਰਹੀ ਹੈ, ਭਾਵਨਾ ਹੀ ਘਟਦੀ ਜਾ ਰਹੀ ਹੈ। ਬਸ ਉਹ ਭਾਵਨਾ ਬਣੇ ਕਿ ਇਹ ਪਰਿਵਾਰ ਹੈ ਸਾਡਾ, ਆਹ ਦਸਤਾਰਾਂ ਸਾਡੀਆਂ ਨੇ, ਗੁਰੂ ਸਾਹਿਬ ਦੀਆਂ ਨੇ, ਸਾਹਿਬਜ਼ਾਦਿਆਂ ਦੀਆਂ ਨੇ, ਇਹ ਦਾੜੇ ਉਹਨਾਂ ਦੇ ਨੇ, ਇਹ ਸਾਰਾ ਜੋ ਨਿਸ਼ਾਨ ਨੇ ਉਹਨਾਂ ਦੇ ਨੇ, ਅਸੀਂ ਵੀ ਉਹਨਾਂ ਦੇ ਹਾਂ। ਬਸ ਆਹ ਚੀਜ਼ ਨੂੰ ਥੋੜ੍ਹਾ ਮਹਿਸੂਸ ਕਰੀਏ ਅਤੇ ਆਹ ਹੁਣ ਹੈ ਇੰਨਾ ਕੁਛ ਆ, ਦਿਲ ਕਰਦਾ ਕੀਰਤਨ ਹੁੰਦਾ ਹੀ ਜਾਵੇ, ਇੰਨਾ ਕੁਛ ਆ ਬਾਣੀ ਸਾਰੀ ਉਹਨਾਂ ਗੁਰਸਿੱਖਾਂ ਦੀ, ਖਾਲਸੇ ਦੀ ਬਾਣੀ ਆ ਸਾਰੇ, ਇਹ ਸਾਰਾ ਕੁਛ ਹੈ ਹੀ ਉਹਦਾ। ਜਿੰਨਾ ਮਰਜ਼ੀ ਦਿਨ ਰਾਤ ਆਪਾਂ ਗੁਣਗਾਨ ਕਰੀ ਚੱਲੀਏ, ਬਸ ਆਪਾਂ ਨਾਲ ਅਰਦਾਸ ਕਰਨੀ ਹੈ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖ ਦਾਤਾ ਹੋ ਮੇਰਾ ਗੁਰ ਪੂਰਾ, ਸੁਖ ਦਾਤਾ ਮੇਰਾ ਸੁਖ ਦਾਤਾ।
ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਮ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਮਹਾਰਾਜ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਸਦਕਾ ਸਰਬ ਸੁਖ ਹੋਵੇ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਮਹਾਰਾਜ ਤਾਂ ਰਚਿਆ ਰਿਹਾ ਹੈ ਤੂੰ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਸ੍ਰੀ ਸਾਹਿਬ ਜੀ ਸਹਾਏ ਸਹਾਏ ਜਿਹੜੇ ਮੋਰਚਿਆਂ ਤੇ ਬੈਠੇ ਸਿੰਘ ਜਿਹੜੇ ਦੇਗਾਂ ਚਲਾਉਣ ਵਾਲੇ ਜਿਹੜੇ ਵੱਡੀਆਂ ਵੱਡੀਆਂ ਘਾਲਣਾ ਘਾਲ ਰਹੇ ਨੇ ਜਿਹੜਾ ਖਾਲਸਾ ਹੋਣ ਦਾ ਸਬੂਤ ਦੇ ਰਿਹਾ ਜਿਨ੍ਹਾਂ ਨੇ ਆਪਣਾ ਆਪ ਸੱਚੀ ਮਹਾਰਾਜ ਦੇ ਮੋਹਰੇ ਸਮਰਪਿਤ ਕਰਕੇ ਉਦਾਂ ਹੀ ਚੱਲੇ ਹੋਏ ਉਸ ਚਾਲ ਤੇ ਉਹਨਾਂ ਦੀ ਅਰਦਾਸ ਉਹਨਾਂ ਦੇ ਬਾਕੀ ਪਰਿਵਾਰ ਦੇ ਸਾਰੇ ਮੈਂਬਰ
ਹਰ ਸਿੱਖ ਲਈ ਖੜਾ ਹੋ ਜਾਂਦਾ ਹੈ, ਅਰਦਾਸ ਕਰਦਾ ਹੈ। ਜਦੋਂ ਆਪਾਂ ਸਾਰੇ 10 ਪਾਤਸ਼ਾਹੀਆਂ ਨੂੰ ਯਾਦ ਕਰਕੇ ਪ੍ਰਥਮ ਭਗਵਤੀ ਸਿਮਰ ਕੇ 10 ਪਾਤਸ਼ਾਹੀਆਂ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹੋਏ 5 ਪਿਆਰੇ 4 ਸਾਹਿਬਜ਼ਾਦੇ ਸਾਰਿਆਂ ਸ਼ਹੀਦਾਂ ਭਗਤਾਂ ਨੂੰ ਯਾਦ ਕਰਕੇ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਪਹਿਲੀ ਅਰਦਾਸ ਕਿੱਥੇ ਹੁੰਦੀ ਹੈ? ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਜੀ ਮਹਾਰਾਜ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਸਰਬ ਸੁਖ ਹੋਵੇ। ਇਹ ਸਰਬ ਸੁਖ ਕੀ ਹੈ? ਇਹ ਮਹਿਕ ਹੈ, ਗੁਣਾਂ ਦੀ ਮਹਿਕ ਹੈ ਜਿਹੜੀ ਖਾਲਸੇ ਨੂੰ ਬਖਸ਼ੇ ਹਨ। ਉਹ ਦੈਵੀ ਗੁਣ, ਉਹ ਪਰਮੇਸ਼ਰੀ ਗੁਣ ਜਿਹੜੇ ਖਾਲਸੇ ਨੂੰ ਬਖਸ਼ੇ। ਰੱਬ ਦਾ ਰੂਪ ਕਿਹਾ ਹੈ, ਪਰਮੇਸ਼ਰ ਦਾ ਰੂਪ ਕਿਹਾ ਹੈ? ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰਾ ਰੂਪ ਹੈ ਇਹ। ਤੇ ਉਹ ਸਾਰੀਆਂ ਚੀਜ਼ਾਂ ਐਸੇ ਵਿੱਚ ਹੀ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ, ਆਹ ਪੂਰਨ ਪ੍ਰੇਮ, ਪੂਰਨ ਪ੍ਰੇਮ, ਪੂਰਨ ਲਫ਼ਜ਼ ਵਰਤਿਆ। ਪੂਰਨ ਕੱਲਾ ਪ੍ਰੇਮ ਨਹੀਂ, ਪੂਰਨ ਪ੍ਰੇਮ, ਪੂਰਨ 100%। ਕਿਤੇ ਰੰਚਕ ਮਾਤਰ ਵੀ ਏਦਾਂ ਨਹੀਂ, ਵਿੱਚ ਨਹੀਂ, ਰੰਚਕ ਮਾਤਰ ਵੀ ਦੁਬਦਾ ਨਹੀਂ। ਪੂਰਨ ਪ੍ਰੇਮ ਉਹ ਇੱਕੋ ਦਾ ਹੀ, ਪੂਰਨ ਪ੍ਰੇਮ ਪ੍ਰਤੀਤ ਪ੍ਰਤੀਤੀ ਵੀ ਕਿ ਹਾਜ਼ਰ ਨਾਜ਼ਰ ਨੇ ਮਹਾਰਾਜ, ਪਰਮੇਸ਼ਰ ਹਾਜ਼ਰ ਨਾਜ਼ਰ ਹੈ। ਆਦ ਸੱਚ ਹੈ, ਜੁਗਾਦ ਸੱਚ ਹੈ, ਵੀ ਸੱਚ ਹੁਣ ਵੀ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਮੱਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ। ਦੇਖੋ ਬਹੁਤ ਕਮਾਲ ਦਾ ਹੈ ਸਾਰਾ ਕੁਛ, ਬਹੁਤ ਕਮਾਲ ਦਾ। ਮਹਾਰਾਜ ਨੇ ਬਹੁਤ ਏਦਾਂ ਸਾਵਧਾਨ ਜਿਹਾ ਰੱਖਿਆ, ਬੜਾ ਡਿਸਿਪਲਿਨ ਦਿੱਤਾ ਹੈ ਕਿ ਕੱਲਾ ਤੂੰ ਏਦਾਂ ਹੀ ਨਾ ਦਇਆ ਵਿੱਚ ਜ਼ਿਆਦਾ ਕਰਦਾ ਕਰਦਾ ਬਿਲਕੁਲ ਉਸ ਪਾਸੇ ਨੂੰ ਨਾ ਰੁੜ ਜਾਈ, ਤੇ ਬਿਲਕੁਲ ਏਦਾਂ ਵੀ ਨਾ ਹੋ ਜਾਈ। ਇੱਕ ਸਹਿਜ ਦਾ ਜੀਵਨ ਦਿੱਤਾ, ਇੱਕ ਬੈਲੈਂਸ ਜੀਵਨ ਦਿੱਤਾ ਹੈ, ਬੈਲੈਂਸ ਬਣਾਇਆ, ਬੈਲੈਂਸ ਚ ਰੱਖਿਆ। ਸੋ ਆਓ ਹੁਣ ਸਮਾਪਤੀ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਾਲ ਮਨ। ਹਾਂ, ਇੱਕ ਉਹ ਬਾਣੀ ਦਾ ਥੋੜ੍ਹਾ ਜਿਹਾ ਮੇਰਾ ਸੀਗਾ ਕਿ ਪੰਜ ਬਾਣੀਆਂ ਪੰਜਾਂ ਨੂੰ ਬਖਸ਼ੀਆਂ, ਕਿ ਪੰਜ ਬਾਣੀਆਂ ਦਾ ਨਿਤਨੇਮ, 2 ਬਾਣੀਆਂ ਰਾਤ ਦੀਆਂ, ਇਹ ਜ਼ਰੂਰ ਖਾਲਸੇ ਦੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਅਤੇ ਖਾਲਸਾ ਹੈ ਹੀ ਬਾਣੀ ਦੇ ਨਾਲ ਹੈ। ਅਤੇ ਦਾਸ ਉਹ ਜਦੋਂ ਪੜ੍ਹ ਰਿਹਾ ਸੀ ਨਾਲ, ਉਹ ਬਾਣੀ ਆਪੇ ਆਪਣੀ ਮੋਹਰ ਲਾਉਣ ਡਈ ਸੀ ਆ ਕੇ। ਹੁਣ ਆਪਾਂ ਚੁਪਈ ਸਾਹਿਬ ਤੱਕ ਆ ਗਏ ਸੀ, ਅਤੇ ਅਨੰਦ ਸਾਹਿਬ ਦੀ ਹੁਣ ਗੱਲ ਕਹਿ ਕੇ ਫਿਰ ਸਮਾਪਤੀ ਹੈ। ਤਾਪ ਰੋਗ ਗਏ ਗੁਰ ਬਚਨ, ਅਨੰਦ ਪਿਆ ਮੇਰੀ ਮਾਂ ਸਤੂ ਮੈਂ ਪਾਇਆ, ਉਹ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਗਏ
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ ਪਾਰ ਬ੍ਰਹਮ ਰਖਵਾਲਾ ਹੋਆ ਪਾਰ ਬ੍ਰਹਮ ਰਖਵਾਲਾ ਹੋਆ ਪਾਰ ਬ੍ਰਹਮ ਰਖਵਾਲਾ ਵਾਲਾ ਰਖਵਾਲਾ 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 ਪੰਥ ਖਾਲਸਾ ਖੇਤੀ ਮੇਰੀ ਪੰਥ ਖਾਲਸਾ ਖੇਤੀ ਮੇਰੀ ਕਰੋ ਸਮਾ ਸਕੇਰੀ ਕਰੋ ਸਮਾ ਮੈਂ ਤਸਕੇਰੀ ਪੰਥ ਖਾਲਸਾ ਖੇਤੀ ਮੇਰੀ ਪੰਥ ਖਾਲਸਾ ਖੇਤੀ ਮੇਰੀ ਮਾਣ ਮੋਹ ਮੇਰ ਤੇਰ ਵਿਵਰਜਤ ਇਹ ਮਾਰਗ ਖੰਡੇ ਧਾਰ ਕਹੋ ਨਾਨਕ ਤਿੰਨ ਭਵਜਲ ਤਰੀਅਲੇ ਪ੍ਰਭ ਕਿਰਪਾ ਸੰਤ ਸੰਘਾਰ ਪ੍ਰਭ ਕਿਰਪਾ ਸੰਤ ਸੰਘਾਰ ਮਹਾਰਾਜ ਕਿਰਪਾ ਕਰਨ ਸਦਾ ਆਪਣਿਆਂ ਗੁਰਸਿੱਖਾਂ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀਆਂ ਕਲਾ ਬਖਸ਼ਣ ਸਭ ਸੰਗਤਾਂ ਨੂੰ ਖਾਲਸਾ ਜੀ ਦੇ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਮਹਾਰਾਜ ਕਿਰਪਾ ਕਰਨ ਸਭ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕਰਕੇ ਇਹ ਜੀਵਨ ਸਫਲੇ ਕਰ ਦੇਣ ਇਹ ਬਖਸ਼ੇ ਸਵਾਸ ਇਹ ਬਖਸ਼ੇ ਸਰੀਰ ਸਭ ਆਪਣੀ ਸੇਵਾ ਸਿਮਰਨ ਵਿੱਚ ਲਾ ਕੇ ਆਪ ਮਹਾਰਾਜ ਰੰਗ ਬਖਸ਼ ਕਰਕੇ ਸਭ ਨੂੰ ਨਿਵਾਜਣ ਜੀ ਸੋ ਆਓ ਸਮਾਪਤੀ ਹੈ ਇੱਕ ਜਕਾਰਾ ਲਾ ਕੇ ਸਮਾਪਤੀ ਬੋਲੇ
ਸਤਿ ਸ੍ਰੀ ਅਕਾਲ ਗੁਰ ਬਰਕਾਤੇ ਮਹਿਮਾ ਪ੍ਰਭਾਉ ਨਾਸਰੋ ਮਸੂਰ ਗੁਰੂ ਗੋਬਿੰਦ ਸਿੰਘ ਜਿੰਦੀ ਮਜੂਰ ਗੁਰੂ ਗੋਬਿੰਦ ਸਿੰਘ ਅਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਲ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਦੇਸ ਗੁਰੂ ਗੋਬਿੰਦ ਸਿੰਘ ਹੱਕ ਹੱਕ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰ ਬਰਕਾ ਤੇਰੀ ਮਹਿਮਾ ਪ੍ਰਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ